ਫਤਿਹ ਮੈਂ 7ਵੀਂ ਕਲਾਸ ਦਾ ਬੱਚਾ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਭੁੱਖੜ ਕੀੜੀ। ਇੱਕ ਸੀ ਕੀੜੀ, ਇੱਕ ਦਿਨ ਉਸਨੂੰ ਬਹੁਤ ਭੁੱਖ ਲੱਗੀ ਸੀ। ਉਸਨੇ 7 ਵੱਡੀਆਂ-ਵੱਡੀਆਂ ਰੋਟੀਆਂ ਖਾਧੀਆਂ ਤੇ ਇੱਕ ਕੁੰਨਾ ਭਰ ਕੇ ਸਾਗ ਵੀ ਖਾ ਲਿਆ। ਹੁਣ ਉਸਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਛੱਪੜ ਵੱਲ ਤੁਰਨ ਲੱਗ ਪਈ। ਰਾਹ ਵਿੱਚ ਉਸਨੂੰ ਇੱਕ ਕਾਲਾ ਕੁੱਤਾ ਮਿਲਿਆ। ਕੁੱਤਾ ਭੌਂਕਿਆ, ਭੌਂ ਭੌਂ ਭੌਂ, ਮਾਸੀ ਕਿੱਧਰ ਚੱਲੀ ਹੈ? ਕੀੜੀ ਨੇ ਕਿਹਾ, 7 ਟੋਟੜੇ ਵੀ ਖਾਧੇ, ਕੁੰਨਾ ਸਾਗ ਦਾ ਵੀ ਖਾਧਾ, ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ। ਕੁੱਤਾ ਕਹਿੰਦਾ, ਮਾਸੀ ਜੇ ਤੂੰ ਅਜੇ ਨਹੀਂ ਰੱਜੀ ਤਾਂ ਮੈਨੂੰ ਖਾ ਲੈ। ਅੜਪ, ਕੀੜੀ ਨੇ ਕੁੱਤੇ ਨੂੰ ਵੀ ਖਾ ਲਿਆ। ਹੁਣ ਕੀੜੀ ਇੱਕ ਮੁਰਗੇ ਕੋਲ ਗਈ। ਉੱਥੇ ਮੁਰਗਾ ਕੀੜੀ ਦਾ ਹਾਲ ਚਾਲ ਪੁੱਛਦਾ ਹੈ। ਫਿਰ ਕੀੜੀ ਕਹਿੰਦੀ ਹੈ, 7 ਟੋਟੜੇ ਵੀ ਖਾਧੇ, ਕੁੰਨਾ ਸਾਗ ਦਾ ਵੀ ਖਾਧਾ, ਕੁੱਤਾ ਭੌਂਕ ਦਾ ਵੀ ਖਾਧਾ, ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ। ਕੁੱਕੜ ਕਹਿੰਦਾ, ਮਾਸੀ ਜੇ ਤੂੰ ਅਜੇ ਨਹੀਂ ਰੱਜੀ ਤਾਂ ਮੈਨੂੰ ਖਾ ਲੈ। ਹੜਪ, ਕੀੜੀ ਨੇ ਕੁੱਕੜ ਨੂੰ ਵੀ ਖਾ ਲਿਆ ਤੇ ਉਹ ਹੁਣ ਅੱਗੇ ਵਧੀ। ਅੱਗੇ ਜਾ ਕੇ ਉਹਨੇ ਵੇਖਿਆ ਕਿ 8 ਸਲੇਟੀ ਬਿੱਲੀਆਂ ਚੂਹੇ ਦੇ ਪਿੱਛੇ ਭੱਜ ਰਹੀ ਸੀ। ਤਾਂ ਬਿੱਲੀ ਕਹਿੰਦੀ, ਮਾਸੀ ਕਦੇ ਸਾਡੇ ਵੇਲੇ ਵੀ ਆਓ। ਕੀੜੀ ਕਹਿੰਦੀ, 7 ਟੋਟੜੇ ਵੀ ਖਾਧੇ, ਕੁੰਨਾ ਸਾਗ ਦਾ ਵੀ ਖਾਧਾ, ਕੁੱਤਾ ਪੌਂਕ ਦਾ ਵੀ ਖਾਧਾ, ਕੁੱਕੜ ਬਾਗ ਦਾ ਵੀ ਖਾਧਾ, ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ। ਬਿੱਲੀ ਕਹਿੰਦੀ, ਮਾਸੀ ਜੇ ਤੂੰ ਅਜੇ ਨਹੀਂ ਰੱਜੀ ਤਾਂ ਮੈਨੂੰ ਖਾ ਲੈ। ਹੜਪ, ਕੀੜੀ ਨੇ ਬਿੱਲੀ ਨੂੰ ਵੀ ਖਾ ਲਿਆ। ਹੁਣ ਉਹ ਅੱਗੇ ਵਧੀ। ਅੱਗੇ ਜਾ ਕੇ ਉਹਨੇ ਵੇਖਿਆ ਕਿ ਇੱਕ ਭੋਰ ਪਿਣ ਆ ਰਿਹਾ ਸੀ। ਉਹ ਉਸਦੇ ਕੋਲ ਗਈ। ਭੋਰ ਨੇ ਕਿਹਾ, ਮਾਸੀ ਇੱਧਰ ਕਿੱਧਰ? ਕੀੜੀ ਨੇ ਜਵਾਬ ਦਿੱਤਾ, 7 ਟੋਡੜੇ ਵੀ ਖਾਧੇ, ਕੁੰਨਾ ਸਾਗ ਦਾ ਵੀ ਖਾਧਾ, ਕੁੱਤਾ ਪੌਂਕ ਦਾ ਵੀ ਖਾਧਾ, ਕੁੱਕੜ ਬਾਂਗ ਦਾ ਵੀ ਖਾਧਾ, ਬਿੱਲੀ ਮਿਆਂਕ ਦੀ ਵੀ ਖਾਧੀ, ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ। ਤੇ ਫਿਰ ਭੋਰ ਨੇ ਕਿਹਾ, ਮਾਸੀ ਜੇ ਤੂੰ ਅਜੇ ਨਹੀਂ ਰੱਜੀ ਤਾਂ ਮੈਨੂੰ ਖਾ ਲੈ। ਹੜਪ, ਕੀੜੀ ਨੇ ਭੋਰ ਨੂੰ ਵੀ ਖਾ ਲਿਆ। ਉਹ ਹੁਣ ਬਹੁਤ ਜ਼ਿਆਦਾ ਥੱਕ ਗਈ ਸੀ। ਉਹ ਇੱਕ ਕਿੱਕਰ ਦੇ ਪੇੜ ਹੇਠਾਂ ਆਰਾਮ ਕਰਨ ਲੱਗੀ ਤਾਂ ਉਹਨੂੰ ਇੱਕ ਚਿੜੀਆ ਮਿਲੀ। ਚਿੜੀਆ ਕਹਿੰਦੀ, ਚੀ ਚੀ ਚੀ, ਮਾਸੀ ਇੱਧਰ ਕਿੱਧਰ? ਸਭ ਠੀਕ ਤਾਂ ਸੀ? ਕੀੜੀ ਨੇ ਕਿਹਾ, 7 ਟੋਟੜੇ ਵੀ ਖਾਧੇ, ਕੁੰਨਾ ਸਾਗ ਦਾ ਵੀ ਖਾਧਾ, ਕੁੱਤਾ ਭੌਂਕ ਦਾ ਵੀ ਖਾਧਾ, ਕੁੱਕੜ ਬਾਂਗ ਦਾ ਵੀ ਖਾਧਾ, ਬਿੱਲੀ ਮਿਆਂਕ ਦੀ ਵੀ ਖਾਧੀ ਤੇ ਭੋਰ ਗੁੰਜਾਰ ਦਾ ਵੀ ਖਾਧਾ, ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ। ਚਿੜੀ ਨੇ ਕਿਹਾ, ਮਾਸੀ ਜੇ ਤੂੰ ਅਜੇ ਨਹੀਂ ਰੱਜੀ ਤਾਂ ਮੈਨੂੰ ਖਾ ਲੈ। ਹੜਪ, ਕੀੜੀ ਨੇ ਚਿੜੀ ਨੂੰ ਵੀ ਖਾ ਲਿਆ। ਉਹ ਅੱਗੇ ਵਧੀ। ਆਖਿਰਕਾਰ ਉਹ ਤਲਾਬ ਛੱਪੜ ਦੇ ਹੇਠਾਂ ਪਹੁੰਚ ਗਈ। ਉੱਥੇ ਉਹਨੂੰ ਇੱਕ ਡੱਡੂ ਮਿਲਿਆ। ਡੱਡੂ ਟਰਟਰਾਉਂਦਾ ਹੋਇਆ ਕਹਿਣ ਲੱਗਾ, ਟਰ ਟਰ, ਮਾਸੀ ਇੱਧਰ ਕਿੱਧਰ? ਕੀੜੀ ਨੇ ਕਿਹਾ, 7 ਟੋਟੜੇ ਵੀ ਖਾਧੇ, ਕੁੰਨਾ ਸਾਗ ਦਾ ਵੀ ਖਾਧਾ, ਕੁੱਤਾ ਭੌਂਕ ਦਾ ਵੀ ਖਾਧਾ, ਕੁੱਕੜ ਬਾਂਗ ਦਾ ਵੀ ਖਾਧਾ, ਬਿੱਲੀ ਮਿਆਂਕ ਦੀ ਵੀ ਖਾਧੀ, ਭੋਰ ਗੁੰਜਾਰ ਦਾ ਵੀ ਖਾਧਾ, ਚਿੜੀ ਚੂਕ ਦੀ ਵੀ ਖਾਧੀ, ਪਰ ਹਾਲੇ ਮੈਂ ਨਹੀਂ ਰੱਜੀ ਤੇ ਹੁਣ ਪਾਣੀ ਪੀਣ ਭੱਜੀ। ਡੱਡੂ ਨੇ ਕਿਹਾ, ਮਾਸੀ ਜੇ ਤੂੰ ਅਜੇ ਨਹੀਂ ਰੱਜੀ ਤਾਂ ਮੈਂ